ਰੋਲ ਅੱਜ ਨਵੇਂ ਸਾਲ ਦਾ 2024 ਦਾ ਪਹਿਲਾ ਦਿਨ ਗੁਰੂ ਦੇ ਚਰਨਾਂ 'ਚ ਨਖਮਸਤਕ ਹੋ ਕੇ ਇਸ ਪਵਿੱਤਰ ਸਥਾਨ 'ਤੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਰ ਸਾਲ ਦੀ ਤਰ੍ਹਾਂ ਨਖਮਸਤਕ ਹੋ ਕੇ ਨਵੇਂ ਸਾਲ ਦਾ ਆਗਾਜ਼ ਕੀਤਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਕਿ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਸਮੂਹ ਸੰਗਤਾਂ 'ਤੇ, ਪੰਜਾਬ ਦੇ ਲੋਕਾਂ 'ਤੇ, ਦੁਨੀਆ ਭਰ ਵਿੱਚ ਬੈਠੇ ਸਿੱਖਾਂ 'ਤੇ, ਪੰਜਾਬੀਆਂ 'ਤੇ ਮਿਹਰ ਭਰਿਆ ਹੱਥ ਰੱਖਣ, ਉਹਨਾਂ ਨੂੰ ਤਰੱਕੀਆਂ, ਖੁਸ਼ੀਆਂ, ਪਰਿਵਾਰਾਂ 'ਚ ਤਰੱਕੀਆਂ ਬਖਸ਼ਣ, ਪਿਆਰ ਇਤਫਾਕ ਬਖਸ਼ਿਸ਼ ਕਰਨ ਸਭ ਦੇ ਸਭ ਨੂੰ, ਅਤੇ ਪੰਜਾਬ 'ਤੇ ਖਾਸ ਤੌਰ 'ਤੇ ਸਾਡੇ ਸੂਬੇ 'ਤੇ ਮਿਹਰ ਭਰਿਆ ਹੱਥ ਰੱਖਣ, ਜਿਹੜੇ ਔਖੇ ਸਮਿਆਂ 'ਚੋਂ ਲੰਘ ਰਹੇ ਹਨ। ਗੁਰੂ ਸਾਹਿਬ ਆਪਦਾ ਹੱਥ ਦੇ ਕੇ, ਸਿਰ 'ਤੇ ਹੱਥ ਰੱਖ ਕੇ ਸਾਨੂੰ ਇਸ ਸਮੇਂ 'ਚੋਂ ਲੰਘਣ ਦੀ ਸਮਰੱਥ, ਬੁੱਧੀ ਅਤੇ ਬਲ ਬਖਸ਼ਣ, ਅਤੇ ਸਾਰੀ ਸੰਗਤਾਂ ਨੂੰ ਮੈਂ ਆਪਦੇ ਵੱਲੋਂ ਇਸ ਨਵੇਂ ਸਾਲ 'ਤੇ ਲੱਖ ਲੱਖ ਵਧਾਈ ਦਿੰਦਾ। ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਅੱਜ ਨਵੇਂ ਸਾਲ ਦਾ 2024 ਦਾ ਪਹਿਲਾ ਦਿਨ ਗੁਰੂ ਦੇ ਚਰਨਾਂ 'ਚ ਨਖਮਸਤਕ ਹੋ ਕੇ ਇਸ ਪਵਿੱਤਰ ਸਥਾਨ 'ਤੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਰ ਸਾਲ ਦੀ ਤਰ੍ਹਾਂ ਨਖਮਸਤਕ ਹੋ ਕੇ ਨਵੇਂ ਸਾਲ ਦਾ ਆਗਾਜ਼ ਕੀਤਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਕਿ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਸਮੂਹ ਸੰਗਤਾਂ 'ਤੇ, ਪੰਜਾਬ ਦੇ ਲੋਕਾਂ 'ਤੇ, ਦੁਨੀਆ ਭਰ ਵਿੱਚ ਬੈਠੇ ਸਿੱਖਾਂ 'ਤੇ, ਪੰਜਾਬੀਆਂ 'ਤੇ ਮਿਹਰ ਭਰਿਆ ਹੱਥ ਰੱਖਣ, ਉਹਨਾਂ ਨੂੰ ਤਰੱਕੀਆਂ, ਖੁਸ਼ੀਆਂ, ਪਰਿਵਾਰਾਂ 'ਚ ਤਰੱਕੀਆਂ ਬਖਸ਼ਣ, ਪਿਆਰ ਇਤਫਾਕ ਬਖਸ਼ਿਸ਼ ਕਰਨ ਸਭ ਦੇ ਸਭ ਨੂੰ, ਅਤੇ ਪੰਜਾਬ 'ਤੇ ਖਾਸ ਤੌਰ 'ਤੇ ਸਾਡੇ ਸੂਬੇ 'ਤੇ ਮਿਹਰ ਭਰਿਆ ਹੱਥ ਰੱਖਣ, ਜਿਹੜੇ ਔਖੇ ਸਮਿਆਂ 'ਚੋਂ ਲੰਘ ਰਹੇ ਹਨ। ਗੁਰੂ ਸਾਹਿਬ ਆਪਦਾ ਹੱਥ ਦੇ ਕੇ, ਸਿਰ 'ਤੇ ਹੱਥ ਰੱਖ ਕੇ ਸਾਨੂੰ ਇਸ ਸਮੇਂ 'ਚੋਂ ਲੰਘਣ ਦੀ ਸਮਰੱਥ, ਬੁੱਧੀ ਅਤੇ ਬਲ ਬਖਸ਼ਣ, ਅਤੇ ਸਾਰੀ ਸੰਗਤਾਂ ਨੂੰ ਮੈਂ ਆਪਦੇ ਵੱਲੋਂ ਇਸ ਨਵੇਂ ਸਾਲ 'ਤੇ ਲੱਖ ਲੱਖ ਵਧਾਈ ਦਿੰਦਾ। ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਨਵੇਂ ਸਾਲ ਦਾ ਆਗਾਜ਼ ਕੀਤਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਕਿ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਸਮੂਹ ਸੰਗਤਾਂ 'ਤੇ, ਪੰਜਾਬ ਦੇ ਲੋਕਾਂ 'ਤੇ, ਦੁਨੀਆ ਭਰ ਵਿੱਚ ਬੈਠੇ ਸਿੱਖਾਂ 'ਤੇ, ਪੰਜਾਬੀਆਂ 'ਤੇ ਮਿਹਰ ਭਰਿਆ ਹੱਥ ਰੱਖਣ, ਉਹਨਾਂ ਨੂੰ ਤਰੱਕੀਆਂ, ਖੁਸ਼ੀਆਂ, ਪਰਿਵਾਰਾਂ 'ਚ ਤਰੱਕੀਆਂ ਬਖਸ਼ਣ, ਪਿਆਰ ਇਤਫਾਕ ਬਖਸ਼ਿਸ਼ ਕਰਨ ਸਭ ਦੇ ਸਭ ਨੂੰ, ਅਤੇ ਪੰਜਾਬ 'ਤੇ ਖਾਸ ਤੌਰ 'ਤੇ ਸਾਡੇ ਸੂਬੇ 'ਤੇ ਮਿਹਰ ਭਰਿਆ ਹੱਥ ਰੱਖਣ, ਜਿਹੜੇ ਔਖੇ ਸਮਿਆਂ 'ਚੋਂ ਲੰਘ ਰਹੇ ਹਨ। ਗੁਰੂ ਸਾਹਿਬ ਆਪਦਾ ਹੱਥ ਦੇ ਕੇ, ਸਿਰ 'ਤੇ ਹੱਥ ਰੱਖ ਕੇ ਸਾਨੂੰ ਇਸ ਸਮੇਂ 'ਚੋਂ ਲੰਘਣ ਦੀ ਸਮਰੱਥ, ਬੁੱਧੀ ਅਤੇ ਬਲ ਬਖਸ਼ਣ, ਅਤੇ ਸਾਰੀ ਸੰਗਤਾਂ ਨੂੰ ਮੈਂ ਆਪਦੇ ਵੱਲੋਂ ਇਸ ਨਵੇਂ ਸਾਲ 'ਤੇ ਲੱਖ ਲੱਖ ਵਧਾਈ ਦਿੰਦਾ। ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਨਵੇਂ ਸਾਲ ਦਾ ਆਗਾਜ਼ ਕੀਤਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਕਿ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਸਮੂਹ ਸੰਗਤਾਂ 'ਤੇ, ਪੰਜਾਬ ਦੇ ਲੋਕਾਂ 'ਤੇ, ਦੁਨੀਆ ਭਰ ਵਿੱਚ ਬੈਠੇ ਸਿੱਖਾਂ 'ਤੇ, ਪੰਜਾਬੀਆਂ 'ਤੇ ਮਿਹਰ ਭਰਿਆ ਹੱਥ ਰੱਖਣ, ਉਹਨਾਂ ਨੂੰ ਤਰੱਕੀਆਂ, ਖੁਸ਼ੀਆਂ, ਪਰਿਵਾਰਾਂ 'ਚ ਤਰੱਕੀਆਂ ਬਖਸ਼ਣ, ਪਿਆਰ ਇਤਫਾਕ ਬਖਸ਼ਿਸ਼ ਕਰਨ ਸਭ ਦੇ ਸਭ ਨੂੰ, ਅਤੇ ਪੰਜਾਬ 'ਤੇ ਖਾਸ ਤੌਰ 'ਤੇ ਸਾਡੇ ਸੂਬੇ 'ਤੇ ਮਿਹਰ ਭਰਿਆ ਹੱਥ ਰੱਖਣ, ਜਿਹੜੇ ਔਖੇ ਸਮਿਆਂ 'ਚੋਂ ਲੰਘ ਰਹੇ ਹਨ। ਗੁਰੂ ਸਾਹਿਬ ਆਪਦਾ ਹੱਥ ਦੇ ਕੇ, ਸਿਰ 'ਤੇ ਹੱਥ ਰੱਖ ਕੇ ਸਾਨੂੰ ਇਸ ਸਮੇਂ 'ਚੋਂ ਲੰਘਣ ਦੀ ਸਮਰੱਥ, ਬੁੱਧੀ ਅਤੇ ਬਲ ਬਖਸ਼ਣ, ਅਤੇ ਸਾਰੀ ਸੰਗਤਾਂ ਨੂੰ ਮੈਂ ਆਪਦੇ ਵੱਲੋਂ ਇਸ ਨਵੇਂ ਸਾਲ 'ਤੇ ਲੱਖ ਲੱਖ ਵਧਾਈ ਦਿੰਦਾ। ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ।